मॉर्निंग सोहणियो, की हाल चाल जी ਤੁਹਾਡਾ? BMW ਵਾਲਿਓ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਸੋ ਤੁਸੀਂ ਸਾਰੇ ਨੇ ਵਧੀਆ ਹੋਵੋਗੇ। ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੀ ਭੂਈ ਦੇ YouTube ਚੈਨਲ ਵੀਰਪਾਲ ਕੌਰ 18 ਤੇ। ਲੈ ਲੈ, ਇਹਨੂੰ ਕਿਸੇ ਨੇ ਬੁਲਾਇਆ? ਖੁਸ਼ ਹੋ ਗਿਆ ਜੀ ਮੇਰੇ ਪੁੱਤ, ਨਵੀਂ ਗੱਦੀ 'ਚ ਬੈਠਾ ਜੀ। ਇਹਦੇ ਮੈਂ ਤੁਹਾਨੂੰ ਅਸਲ 'ਚ ਵਲੌਗ ਤਾਂ ਸ਼ੁਰੂ ਕੀਤਾ ਸੀ ਅੱਜ ਦਿਖਾਉਣ ਵਾਸਤੇ। नहीं, एक पैर तो थले लग दे, एक ता ही टंगिया गया। ਅੱਜ ਮੈਂ ਤੈਨੂੰ ਦੋਨੇ ਹੱਥਾਂ ਨਾਲ ਹੈਂਡਲ ਫੜੀ ਦਿੰਦਾ, ਫੇਰ ਚਲਾਈ ਦਿੰਦਾ। ਸ਼ੀਸ਼ੇ ਦੇਖ ਲਾ, ਫਿਰ ਤੈਨੂੰ ਪਿੱਛੇ ਕੀ ਦਿਖੇ? ਸ਼ੀਸ਼ੇ ਦੇ ਆਸੇ ਪਾਸੇ ਘਰ ਰੱਖਿਆ, ਤਾਂ ਹੀ ਤੇਰੀ ਗੱਡੀ ਮੁੜਦੀ ਨਹੀਂ। ਇਹਨੇ ਮੈਂ ਸ਼ੀਸ਼ੇ ਮੂਹਰੇ ਲਾ ਰੱਖੀ ਅਸਲ 'ਚ ਗੱਡੀ। ਹਜੂ ਉਹਦੇ 'ਚ ਦੇਖ ਯਾਰ, ਉਹ ਸਾਹਮਣੇ ਸ਼ੀਸ਼ੇ 'ਚ ਦੇਖ, ਸ਼ੀਸ਼ੇ 'ਚ ਬੂਟ ਪਾ ਦੇ ਸਹੀ ਗੱਲ। ਜੁੱਤੀ ਤਾਂ ਵੱਡੀ ਆ ਤੁਹਾਡੀ, ਨਹੀਂ ਜੁੱਤੀ ਇੱਕ ਹੱਸਦੀ ਵੀ ਹੋਊ ਥੱਲੇ। ਹਾਂਜੀ, ਤੇ ਸਫਾਈਆਂ ਆਪਾਂ ਸ਼ੁਰੂ ਕਰ ਦਿੱਤੀਆਂ ਸੀ, ਬਟ ਕੋਈ ਵਲੌਗ ਨਹੀਂ ਸ਼ੁਰੂ ਕੀਤਾ ਕਿਉਂਕਿ ਫੋਨ ਪਿਆ ਸੀ ਨੀਚੇ, ਤੇ ਅਸੀਂ ਅੱਜ ਉੱਪਰਲੇ ਕਮਰੇ ਦੀਆਂ ਸਫਾਈਆਂ ਜਿਹੜੀਆਂ ਸ਼ੁਰੂ ਕੀਤੀਆਂ। ਤੇ ਰੇਤਾ ਦੇਖੋ, ਤੁਹਾਨੂੰ ਅੱਗੇ ਵੀ ਆਈ ਜਾਂਦਾ ਨਾ ਕੈਮਰੇ ਦੇ, ਮੈਨੂੰ ਵੀ ਚੜ੍ਹੀ ਜਾਂਦਾ ਝਾੜੂ ਨਾਲ। ਮੈਂ ਕਹਿੰਦਾ ਇੱਕ ਵਾਰੀ ਕੱਢ ਦਈਏ ਕੂੜਾ ਜਿਹਾ, ਤੇ ਪੜਦੇ ਪੁੜਦੇ ਆਪਾਂ ਲਾਹ ਤੇ, ਤੇ ਬਸ ਮੈਂ ਵੈਸੇ ਤਾਂ ਜਿਹੜੇ ਜਲ ਜੁਲ ਲੱਗੇ ਸੀ ਉਹ ਤਾਂ ਆਪਾਂ ਸਾਫ਼ ਕਰਤੇ। ਤੇ ਆਪਣਾ ਦੇਖੋ ਇੱਧਰ ਸਮਾਨ ਸੱਪਾ ਪਿਆ, ਤੇ ਜਿਹੜੇ ਆਪਣਾ ਇੱਧਰ ਰੂਮ ਆ ਨਾ ਉਹਦੇ 'ਚ ਆਪਣੇ ਹੈਗੇ ਆ ਸਿਰਫ ਮੰਜੇ, ਅਤੇ ਮੰਜੇ ਆਪਾਂ ਬਾਹਰ ਕੱਢਤੇ ਕਿਉਂਕਿ ਇਹਨਾਂ ਦੇ ਧੋਤੇ ਪਾਵੇ ਪਾਵੇ ਧੋ ਕੇ ਬਸ ਹੁਣ ਡਾਂਗਾਂ ਨਾਲ ਇਹਨਾਂ ਦੀ ਜਿਹੜੀ ਕਟਾਈ ਆ ਉਹ ਕਰਾਂਗੇ। ਮਤਲਬ ਜਿਹੜੇ ਆ ਧੂੜ ਮਿੱਟੀ ਜੰਮੀ ਵੀ ਆ ਇਹਨਾਂ 'ਤੇ, ਉਹ ਮੈਂ ਲਿਆਉਣੀ ਆ ਹੁਣ ਸੋਟੀ, ਅਤੇ ਉਹਦੇ ਨਾਲ ਪਹਿਲਾਂ ਅੰਦਰ ਲਾਵਾਂਗੇ ਪੋਚਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਝਾੜ ਕੇ ਅੰਦਰ ਕਰਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਬਾਹਰਲਾ ਕੰਮ ਆ ਉਹ ਸ਼ੁਰੂ ਕਰਾਂਗੇ। ਮਤਲਬ ਲੋਬੀ ਦਾ ਕੰਮ ਆ ਜਿਹੜਾ ਉੱਪਰ ਉਹ ਸ਼ੁਰੂ ਕਰਾਂਗੇ, ਅਤੇ ਕੱਪੜੇ ਕੁੱਪੜੇ ਆਪਾਂ ਸਨੇਹ ਧੋਤੇ ਸੀਗੇ, ਅਤੇ ਥੱਲੇ ਕੀ ਚੱਲੀ ਜਾਂਦਾ ਪ੍ਰੋਗਰਾਮ, ਗੱਦੇ ਬਾਹਰ ਕੱਢੇ ਰੱਖੇ ਪਏ ਆ ਸਾਡੇ, ਅਤੇ ਤਾਜੂ ਨਹਾਈ ਜਾਂਦਾ। ਤਾਜੂ ਦਿਖਾਉਂਦੇ ਨਹੀਂ, ਤਾਜੂ ਕਾ ਤੁਹਾਨੂੰ ਆਉਂਦਾ ਟਾਈਮ ਨਾਲ ਹੀ ਹੈਂ? ਅੱਛਾ ਠੀਕ ਆ। ਤਾਜੂ ਓਏ, ਤਾਜੂ ਓਏ, ਉਹ ਬੈਠੇ ਬੰਦੇ ਆਪਣੇ, ਅਤੇ ਮੈਂ ਕਿਹਾ ਫੋਨ ਲੈ ਜਾਈਏ ਮਾੜਾ ਮੋਟਾ ਵਲੌਗ ਸ਼ੂਟ ਕਰ ਲਈਏ। ਸੁਬਹਾ ਦਾ ਕੋਈ ਵਲੌਗ ਨਹੀਂ ਸ਼ੂਟ ਕੀਤਾ ਜੀ, ਅੱਜ ਛੋਟਾ ਵਲੌਗ ਹੋਇਆ ਤਾਂ ਪਲੀਜ਼ ਮੈਸੇਜ ਨਾ ਕਰੋ ਵੀ ਦੀ ਵਲੌਗ ਛੋਟਾ ਸੀ, ਕਿਉਂਕਿ ਪਤਾ ਕੀ ਹੈ ਜੋ ਕੰਮ ਕਾਰ ਕਰਦੇ ਨੇ ਫਿਰ ਫੋਨ ਚੱਕਣ ਨੂੰ ਜੀ ਨਹੀਂ ਕਰਦਾ ਹੁੰਦਾ, ਐਂ ਹੁੰਦਾ ਜੇ ਫੋਨ ਚੱਕ ਲਿਆ ਤਾਂ ਫਿਰ ਜਿਹੜਾ ਕੰਮ ਕਾਰ ਆ ਉਹ ਰਹਿ ਜੂਗਾ। ਅਤੇ ਹੁਣ ਬਸ ਆਪਾਂ ਅੰਦਰੋਂ ਸਫਾਈ ਕਰਦੇ ਹਾਂ, ਅਤੇ ਅੱਜ ਸੋਚਿਆ ਵੀ ਹੋਪਫੁਲੀ ਜਿਹੜਾ ਆਪਣਾ ਉੱਪਰੋਂ ਕਰਕੇ ਅਤੇ ਨੀਚਲੇ ਵੀ ਆਪਾਂ ਦੋ ਬੈਡਰੂਮ ਅੱਜ ਕਰ ਦਈਏ ਡਨ, ਕਿਉਂਕਿ ਜੇ ਆਪਾਂ ਜਿਲਕ ਜਿਲਕ ਕਰੀ ਗਏ ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ। ਤਾਂ ਕਰਕੇ ਹੁਣ ਇਹਦੇ 'ਚੋਂ ਹੁਣ ਇੱਥੇ ਮੈਂ ਲਾਉਣੀ ਆ ਪੋਚਾ, ਇੱਕ ਵਾਰੀ ਪੋਚਾ ਲਾ ਕੇ ਸੁਕਾ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਡਾਂਗ ਲਿਆ ਕੇ ਮੰਜੇ ਦੀ ਕਟਾਈ ਕਰਦੇ ਹਾਂ। ਉੱਥੇ ਟੀ ਬ੍ਰੇਕ ਚੱਲੀ ਜਾਂਦਾ ਮੇਰੇ ਵੀਰੋ, ਕਹਿੰਦੇ ਬੰਦੇ ਆਪਣੇ ਚਾਹ ਪੀ ਜਾਂਦੇ ਖੂੰਜੇ 'ਚ ਬੈਠੇ, ਅਤੇ ਇੱਧਰ ਆਪਣੇ ਹਥਿਆਰ ਕਾਇਮ ਆ, ਅਤੇ ਬਾਰੀ ਉਹ ਰਹਿ ਗਈ ਆਪਣੀ ਸਾਫ਼ ਕਰਨ ਵਾਲੀ, ਆਹ ਆਪਾਂ ਕਰਤੀ ਅਤੇ ਫਿਰ ਆਹ ਗੇਟ ਰਹਿ ਜਾਣਗੇ, ਇਹ ਗੇਟ ਸਾਫ਼ ਕਰਕੇ ਫਿਰ ਝਾੜੂ ਕੱਢਾਂਗੇ, ਫਿਰ ਪੋਚਾ ਲਾ ਕੇ ਫਿਰ ਕੋਈ ਕੰਮ ਨਿਬੜੂਗਾ ਆਪਣਾ। ਅਤੇ ਥੱਲੇ ਤਾਜ ਵਤਨ ਨਾਲ ਪ੍ਰੋਗਰਾਮ ਚੱਲੀ ਜਾਂਦਾ, ਮਨਿੰਦਰ ਨੂੰ ਫੋਨ ਹੀ ਆ ਆਪਣਾ ਕਿਵੇਂ? ਉਹ ਤਾਂ ਕੋਈ ਚੱਕਰ ਨਹੀਂ, ਮੇਰੀ ਗੱਲ ਤਾਂ ਮੈਂ ਫੋਨ ਫੜਾ ਕੇ ਹੋਣੀ ਬੱਬੂ ਨੂੰ ਥੱਲੇ ਨਾ, ਤਾਜ ਵਤਨ ਨਾਲ ਵਲੌਗ ਬਣਾ ਲੂਗੀ, ਕਿਉਂਕਿ ਇੱਥੇ ਤਾਂ ਫੋਨ ਦਾ ਕੋਈ ਕੰਮ ਹੀ ਨਹੀਂ, ਭਾਬੀ ਉਹਨਾਂ ਟਾਈਮ ਚਾਹ ਵੀ ਲੂਗੀ। ਤਾਜ ਵਤਨ, ਤਾਜ ਵਤਨ, ਰਾਤ ਕਿਹਦੇ ਨਾਲ ਗੱਲਾਂ ਕਰਦਾ ਜੀ ਤੂੰ, ਬੈਠੀ ਇੱਧਰ ਓਏ ਮੰਮੀ ਦੀ ਗੱਲ ਨਹੀਂ ਸੁਣਦੀ, ਰੂਬੀ ਭੂਆ ਨਾਲ ਗੱਲਾਂ ਕਰਦਾ ਜੀ, ਭੂਆ ਰੂਬੀ ਨਾਲ ਜਿਹਦੇ ਨਾਲ ਗੱਲਾਂ ਕਰਦਾ ਜੀ ਰਾਤ, ਆ ਜਾ ਭੂਆ ਕਿਵੇਂ ਕਰਦਾ ਸੀ ਆਪਦੀ ਭੂਆ ਜੀ ਨੂੰ, ਰੂਬੀ ਨੂੰ ਕਿਵੇਂ ਕਹਿੰਦਾ ਸੀ, ਇੱਕ ਤੇਰਾ ਚਾਚਾ ਹੈ ਨਾ ਇੱਧਰ ਭੈੜੀ ਹੋ ਗਈ ਤੂੰ। ਤਾਜ ਵਤਨ ਨੂੰ ਆਵਾਜ਼ਾਂ ਤਾਂ ਸੁਣਦੀਆਂ ਪਰ ਇਹਨੂੰ ਪਤਾ ਨਹੀਂ ਲੱਗਦਾ ਕਿੱਥੇ ਆ। ਤਾਜੂ ਦੀ ਗੱਡੀ ਪਲਟ ਗਈ।
पता नहीं लगता उन्हू इधर बैकग्राउंड म्यूजिक चल रहा है वीरपाल का दिल को कहता वीरपाल का ब्लॉग बना गाने गाँवी का हूँ कितने आए वे तेन डैडी ने सैर ते जाना डैडी कितने ले जाते सैर ते क्यों कोरा पई जाता चुन्नी फट के ना अदी कली चुन्नी नी नाल करके तकदी दो उंगल हो गई चलो कोई नी टाइम ना बर्बाद कर परे कर दे चुन्नी हां चुन्नी पर ताल ना दे यार मैं हथ ना आए करूंगी आए मेरा आ बार टाइम नाल बार करते आप क्वेश्चन आंसर शुरू करते हैं सब तो पहला कमेंट आया अमन अमरिंदर के नाम से अमन तो दीदी का विह करो भाई दीदी का विह नवंबर च नैक्सट फिर बबू दीदी का विह करो नवंबर च दीदी की मैरिज तो हुई नहीं दीदी ने फास्ट भी नहीं रखे तो दीदी ने संदूर क्यों लाया भाई दीदी की मैरिज हुई नहीं नवंबर च दीदी अंगेज्ड आ ਤੇ ਫਾਸਟ ਨਹੀਂ ਰੱਖਿਆ ਕਿਉਂਕਿ ਇਹਦਾ ਜੀ ਨਹੀਂ ਕੀਤਾ ਮਾਸੀ ਨੇ ਵੀ ਉਧਰੋਂ ਪੁੱਛਿਆ ਸੀਗਾ ਵੀ ਅਮਰਿੰਦਰ ਤੂੰ ਆਸ ਫਾਸਟ ਹੋਈ ਕਹਿੰਦੀ ਵੀ ਨਹੀਂ ਰੱਖਣਾ ਮੰਮੀ ਰੇ ਵੀ ਮੰਮੀ ਰੇ ਤਾਂ ਚੱਕਿਆ ਹੀ ਨਹੀਂ ਮੰਮੀ ਇਹਦੀ ਵੀ ਅਮਰਿੰਦਰ ਦੀ ਮਰਜ਼ੀ ਆ ਹਨਾ ਵੀ ਜਿਹਦੇ ਮਰਜ਼ੀ ਦੇ ਰੱਖ ਲਈ ਵੀ ਜਿਹਦੇ ਮਰਜ਼ੀ ਦਾ ਨਹੀਂ ਰੱਖਣਾ ਤੇ ਰਹੀ ਗੱਲ ਸੰਧੂਰ ਦੀ ਸੰਧੂਰ ਮੰਮੀ ਨੇ ਕਿਹਾ ਸੀ ਵੱਡੀ ਨੇ ਵੀ ਅਮਨ ਵੀ ਤੇਰੀ ਇੰਗੇਜਮੈਂਟ ਹੋਈ ਵੀ ਆ ਚੱਲ ਸ਼ਗਨਾਂ ਨਾਲ ਦੇਣਾ ਹਨਾ ਵੀ ਤੂੰ ਥੋੜ੍ਹਾ ਜਿਹਾ ਸੰਧੂਰ ਭਰ ਲੈ ਪਹਿਲਾਂ ਅਮਰਿੰਦਰ ਸੰਧੂਰ ਭਰ ਲੈ ਨਾ ਪਹਿਲਾਂ ਮੈਂ ਅਮਰਿੰਦਰ ਹੋ ਗਿਆ ਮੈਂ ਭਰ ਕੇ ਦੇਵਾਂਗੀ ਜਦੋਂ ਮੈਂ ਭਰ ਲੱਗੀ ਮੈਂ ਥੋੜ੍ਹਾ ਜਿਹਾ ਉਲਟਾ ਪੁਲਟਾ ਕਰਤਾ ਜੋ ਅਮਰਿੰਦਰ ਨੂੰ ਸਹੀ ਕਰਨ ਲੱਗੀ ਮੇਰੀ ਬਾਹਾਂ 'ਚ ਹੱਥ ਮਾਰਿਆ ਅਮਰਿੰਦਰ ਦੇ ਕਾਂ ਬਾਹਾਂ ਲੱਭਾ ਉਹਦੇ ਤੁਸੀਂ ਜਾਣਾ ਵੀ ਪਿੰਡੇ 'ਚ ਚੱਲ ਜੇ ਘਰੇ ਜਾਣਾ ਹੁੰਦਾ ਹਨਾ ਘਰੇ ਨਾ ਤਾਂ ਫਿਰ ਕੋਈ ਚੱਕਰ ਨਹੀਂ ਸੀਗਾ ਫਿਰ ਤੀਜੀ ਵਾਰੀ ਅਮਰਿੰਦਰ ਨੇ ਆਪ ਥੋੜ੍ਹਾ ਜਿਹਾ ਸੰਦੂਰ ਭਰਿਆ ਸੀਗਾ ਅਤੇ ਮਿਸਟਰ ਐਂਡ ਮਿਸਿਸ ਚੌਕ ਆਪਾਂ ਜਾਂਦੇ ਹੁੰਦੇ ਨਾ ਸਵਾਮੀ ਜਵੈਲਰਸ 'ਤੇ ਹਨਾ ਤੁਸੀਂ ਉਹਦੇ ਵਿੱਚ ਵਲੌਗ 'ਚ ਦੇਖੀ ਉਹਨਾਂ ਦੇ ਅਮਰਿੰਦਰ ਨੇ ਚੂੜੀਆਂ ਪਵਾ ਕੇ ਲਿਆਏ ਸੀਗੇ ਅਤੇ ਉਹ ਦੀਦੀ ਦਾ ਮੈਸੇਜ ਆਇਆ ਕਹਿੰਦੇ ਪੁੱਛਣਾ ਤਾਂ ਕੁਛ ਨਹੀਂ ਬਸ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਕਿ ਲਵ ਯੂ ਤੂੰ ਟੂ ਤਾਜੂ ਕਹਿੰਦੇ ਦੋਨੋਂ ਆਂਟੀ ਨੇ ਆਂਟੀਆਂ ਨੇ ਬਰਾਤ ਵਾਲੇ ਦਿਨ ਸੇਮ ਕਲਰ ਦੇ ਸੂਟ ਪਾਉਣੇ ਆ ਬਈ ਸੇਮ ਕਲਰ ਦੇ ਨਹੀਂ ਕਲਰ ਡਿਫਰੈਂਟ ਸੂਟ ਸੇਮ ਜਾਗੋ ਤੇ ਸੇਮ ਪਾਉਣਗੇ ਜਾਗੋ ਤੇ ਸੇਮ ਸੇਮ ਸਭ ਕੁਛ ਸੇਮ ਫੈਬਰਿਕ ਵੀ ਸੇਮ ਵਰਕ ਵੀ ਸੇਮ ਹੋ ਅਤੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਲੋਟਸ ਆਫ ਲਵ ਫਰੋਮ UK ਥੈਂਕ ਯੂ ਸੋ ਮੱਚ ਦੀ ਕਹਿੰਦੇ ਇੱਕ ਕਹਿੰਦੇ ਪਵਨ ਗਿੱਲ ਮੀਤ ਕਹਿੰਦੇ ਅਸੀਂ ਵੀ ਬਰਾੜ ਹੀ ਹਾਂ ਫਿਰ ਤਾਂ ਆਪਾਂ ਸਿਸਟਰ ਹੀ ਹੋਏ ਹਾਂਜੀ ਜਿਨ੍ਹਾਂ ਦੀ ਮੈਰਿਜ ਆ ਉਹ ਤੁਹਾਡੇ ਰੀਅਲ ਸਿਸਟਰ ਨੇ ਸ਼ੀ ਇਜ਼ ਮਾਈ ਕਜ਼ਨ ਸਿਸਟਰ ਅਮਰਿੰਦਰ ਦੀ ਦੀ ਮੈਰਿਜ ਡੇਟ ਕਿੰਨੀ ਆ ਸੋਰੀ ਦੀ ਤੁਸੀਂ ਕੀ ਸਟੱਡੀ ਕੀਤੀ ਹੈ ਬਈ ਅਸੀਂ ਕੀਤੀ ਹੈ ਮਾਸਟਰਸ MCA ਦੋਨਾਂ ਨੇ ਮੈਂ ਅਤੇ ਅਮਰਿੰਦਰ ਨੇ ਦੀ ਤੁਹਾਡੇ ਵਿਆਹ 21 ਨਵੰਬਰ ਨੂੰ ਆਏ ਪੁੱਛ ਪੁੱਛ ਕੇ ਫਿਰ ਤਾਂ ਸਾਰੇ ਡੇਟ ਹੀ ਕਢਾ ਲੈਣਗੇ ਮੇਰੇ ਮੂੰਹ 'ਚੋਂ ਮੇਰੇ ਤੋਂ ਵੀ ਮੇਰੇ ਤਾਂ ਮੰਮੀ ਨੇ ਤਾਂ 5 ਦਿਨ ਦੇ ਉੱਤੇ ਕਰ ਦੇਣਗੇ ਆਉਂਦੀਆਂ ਅਤੇ ਬਾਕੀ ਪਤਾ ਨਹੀਂ ਮੈਰਿਜ ਕਦੋਂ ਨਵੰਬਰ 'ਚ ਅਮਰਿੰਦਰ ਤੁਹਾਡੀ ਰੀਅਲ ਸਿਸਟਰ ਆ ਸ਼ੀ ਇਜ਼ ਮਾਈ ਕਜ਼ਨ ਸਿਸਟਰ ਅਮਰਿੰਦਰ ਦਾ ਵਿਆਹ ਕਰਵਾਉਣਾ ਸਾਰਿਆਂ ਨੂੰ ਬਈ ਅਮਰਿੰਦਰ ਦਾ ਵਿਆਹ ਹੈਗਾ ਨਵੰਬਰ 'ਚ ਬਸ ਆਪਣੀਆਂ ਸ਼ੋਪਿੰਗਾਂ ਸ਼ੁਰੂ ਆ ਮਸਾਂ ਸਫਾਈਆਂ ਕਰ ਲਈ ਉਸ ਤੋਂ ਬਾਅਦ ਜਿਹੜੀ ਅਮਰਿੰਦਰ ਦੀ ਮਤਲਬ ਸਮਾਨ ਰਹਿੰਦਾ ਉਹ ਆਪਾਂ ਡਨ ਕਰ ਲਏ ਧਾਗੇ ਨੂੰ ਕੀ ਹੁੰਦਾ ਧਾਗੇ ਨੂੰ ਕੱਢੀ ਹੁੰਦੀ ਆ ਹਾਂ ਅਤੇ ਉਸ ਤੋਂ ਬਾਅਦ ਆਪਾਂ ਸਾਰਾ ਕੁਛ ਬਸ ਸਮਾਨ ਆਪਾਂ ਹੌਲੀ ਹੌਲੀ ਮਤਲਬ ਲਈ ਆਉਂਦੇ ਹਾਂ ਸਾਨੂੰ ਤੁਹਾਡੀ ਫੈਮਿਲੀ ਬਹੁਤ ਵਧੀਆ ਲੱਗਦੀ ਹੈ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਜ਼ਿਆਦਾ ਵਧੀਆ ਹੋ ਤੁਸੀਂ ਜਮਾਂ ਐਟੀਟਿਊਡ ਹੈ ਨਹੀਂ ਕੋਈ ਵੀ ਗੱਲ ਪੁੱਛਣੀ ਹੋਵੇ ਤੁਸੀਂ ਜਵਾਬ ਦਿੰਦੇ ਹੋ ਬਈ ਐਟੀਟਿਊਡ ਵਾਲੀ ਕੀ ਗੱਲ ਆਪਾਂ ਤੁਹਾਡੇ ਨਾਲ ਦੇ ਹਾਂ ਹੈ ਨਾ ਵੀ ਜੇ ਤੁਸੀਂ ਸਾਡੇ ਤੋਂ ਕੋਈ ਕੁਐਸਚਨ ਪੁੱਟ ਕਰਦੇ ਹੋ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਰਿਪਲਾਈ ਕਰਨਾ ਸਾਡਾ ਫਰਜ਼ ਬਣਦਾ ਜੇ ਸਾਡੇ ਅਕਾਊਂਟ ਪਬਲਿਕ ਆ ਇਹਦੇ ਜੇ ਤੁਸੀਂ ਮੈਸੇਜ ਕਰੋਗੇ ਤਾਂ ਆਪਾਂ
ਰਿਪਲਾਈ ਕਰਾਂਗੀ ਚਾਹੇ ਉਹ ਤੁਸੀਂ ਆਪਦਾ ਕੋਈ ਕੁਐਸਚਨ ਪੁੱਟ ਕਰ ਦਾਦੂ ਵਾਲੇ ਚੈੱਕ ਕੀ ਜਾਂਦੀ ਹੈ ਆ ਗਿਆ ਤਾਂ ਇੱਕ ਸਿਸਟਰ ਦਾ ਮੈਸੇਜ ਆਇਆ ਹੈ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਘਰ ਆ ਸਕਦੇ ਹਾਂ ਅਸੀਂ ਇੰਡੀਆ ਆਉਣਾ ਜਨਵਰੀ 'ਚ ਹਾਂਜੀ ਜ਼ਰੂਰ ਮੋਸਟ ਵੈਲਕਮ ਕਦੋਂ ਮਰਜ਼ੀ ਆਓ ਬਟ ਇੱਕ ਵਾਰੀ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਜਾਂ ਆਪਣਾ ਬੁਟੀਕ ਦਾ ਕੰਟੈਕਟ ਨੰਬਰ ਦਿੱਤਾ ਹੀ ਹੋਇਆ ਹੈ ਨਾ ਤੁਸੀਂ ਉਹਦੇ 'ਤੇ ਫੋਨ ਕਰਕੇ ਵੀ ਆ ਸਕਦੇ ਹੋ ਕਿਉਂਕਿ ਹੁਣ ਅਮਰਿੰਦਰ ਦੀ ਮੈਰਿਜ ਕਰਕੇ ਫਿਰ ਕਈ ਵਾਰੀ ਬੰਦਾ ਘਰੇ ਨਹੀਂ ਰਹਿੰਦਾ ਸਾਰਿਆਂ ਨੂੰ ਫਿਰ ਇੱਕ ਕਮੈਂਟ ਆਇਆ ਸੀ ਕਹਿੰਦੇ ਕੁਝ ਨਹੀਂ ਪੁੱਛਣਾ ਸਾਰੇ ਐਵੇਂ ਹੀ ਹੱਸਦੇ ਰਹੋ ਆਹ ਟਾਈਮ ਬਹੁਤ ਮਿਸ ਕਰੋਗੇ ਵਿਆਹ ਤੋਂ ਬਾਅਦ ਸਹੀ ਗੱਲ ਅਮਰਿੰਦਰ ਦੇ ਦੱਸੋ ਹੁਣ ਇਹ ਚੀਜ਼ ਆਊਗੀ ਵੀ ਖੱਪ ਪਾਉਂਗੇ ਅਮਰਿੰਦਰ ਬਾਕੀ ਦੇਖਿਆ ਜਾਓ ਜੇ ਵਲੋਗ ਸ਼ੂਟ ਕਰਿਆ ਕਰਾਂਗੇ ਜਦੋਂ ਅਮਰਿੰਦਰ ਆਏ ਗੁਰਦੁਆਰਾ ਫਿਰ ਪੁੱਛਿਆ ਕਰਾਂਗੇ ਸਾਨੂੰ ਮਿਸ ਕੀਤਾ ਸੀ ਤਾਜੂ ਕਹਿ ਤੂੰ ਵੀ ਮੈਨੂੰ ਵਿੱਚ ਕੀਤਾ ਸੀ ਤੂੰ ਹਨਾ ਤਾਜੂ ਉਦੋਂ ਤਾਂ ਬੋਲਣ ਲੱਗ ਜੂਗੀ ਮੈਂ ਜਦੋਂ ਜਨਮ ਜੀ ਉਮਰੀ ਤਾਂ ਬੋਲਣ ਲੱਗ ਜੂਗੇ ਪਤਾ ਨਹੀਂ ਕਿੰਨੇ ਟਾਈਮ ਦਾ ਬੋਲਣ ਲੱਗਦਾ ਬੱਚਾ ਜੇ ਬੋਲਣ ਲੱਗ ਗਈ ਫਿਰ ਇਹਨੇ ਕੀ ਕਰਨਾ ਜਦੋਂ ਅਮਰਿੰਦਰ ਕਨੇਡਾ ਜਾਂਦੀ ਫਿਰ ਅਮਰਿੰਦਰ ਵੀਡੀਓ ਕਾਲ ਲਾ ਕੇ ਕਿਹਾ ਕਰਨਾ ਇਹਨੇ ਦਾਦੀ ਪੋਤੀ ਨੇ ਦੋਨਾਂ ਨੇ ਲਾ ਲਿਆ ਕਰਨੀ ਕੰਪਨੀ ਕਿਸੇ ਨੂੰ ਪੁੱਛਦੇ ਕਰਾਂ ਕਿ ਦੇਖੀ ਕਿਵੇਂ ਕੱਪੜੇ ਖਿੱਚੀ ਜਾਂਦੀ ਕਿਹੜੀ ਕਰੇ ਗਾਂ ਕਿਹੜੀ ਆ ਹੁਣ ਯੂਅਰ ਫੈਮਿਲੀ ਇਜ਼ ਸੋ ਸਵੀਟ ਥੈਂਕ ਯੂ ਸੋ ਮੱਚ ਹਾਊਸ ਕਲੀਨਿੰਗ ਸ਼ੁਰੂ ਕਰਤੀ ਹਾਂਜੀ ਹਾਊਸ ਕਲੀਨਿੰਗ ਬਸ ਸਮਝ ਲਓ ਵੀ ਆਪਾਂ 50% ਕਰਤੀ ਤੇ 50% ਆਪਣੀ ਹੈਗੀ ਅਮਰਿੰਦਰ ਦੀ ਵੀ ਮੈਰਿਜ ਨਵੰਬਰ ਚ ਆਇਆ ਦਸੰਬਰ ਚ ਬਈ ਅਮਰਿੰਦਰ ਦੀ ਮੈਰਿਜ ਇੱਕ ਨਵੰਬਰ ਚ ਵਿਆਹ ਦੀ ਡੇਟ ਕਦੋਂ ਰਿਵੀਲ ਕਰੋਗੇ ਮੇਰੇ ਹਿਸਾਬ ਨਾਲ ਤਾਂ ਸਿਰ ਰਿਵੀਲ ਨਹੀਂ ਕਰਦੇ ਬਸ ਸਿੱਧਾ ਵਿਆਹ ਹੀ ਹੋਊਗਾ ਹਨਾ ਪਰ ਰਿਵੀਲ ਨਹੀਂ ਕਰਦੇ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਚਲੋ ਠੀਕ ਹੈ ਨਾ ਹਨਾ ਬਟ ਅਸੀਂ ਸੋਸ਼ਲ ਮੀਡੀਆ ਤੇ ਰਿਵੀਲ ਨਹੀਂ ਕਰਦੇ ਬਸ ਜਦੋਂ ਹੋਊਗਾ ਵਿਆਹ ਤਾਂ ਤਿਆਰੀਆਂ ਆਈਆਂ ਤੇ ਤੁਹਾਨੂੰ ਪਤਾ ਲੱਗ ਜਾਣਾ ਕਦੋਂ ਆਪਣੇ ਫੰਕਸ਼ਨ ਸ਼ੁਰੂ ਹੋ ਗਏ ਤੁਹਾਨੂੰ ਪਤਾ ਲੱਗ ਜਾਣਾ ਦੋ ਦਿਨਾਂ ਨੂੰ ਮੇਰੀ ਜਗ੍ਹਾ ਤਿੰਨਾਂ ਦਿਨਾਂ ਨੂੰ ਕਿ ਪੰਜ ਦਿਨਾਂ ਨੂੰ ਹਨਾ ਬੱਬੂ ਦੀ ਸਿਮਰ ਭਾਜੀ ਨਾਲ ਪ੍ਰੀ ਵੈਡਿੰਗ ਹੋਵੇਗੀ ਪਹਿਲੀ ਵੀਰ ਜੀ ਦਾ ਨਾਮ ਹੈ ਗੁਰਸਿਮਰਨ ਸਿਮਰ ਤਾਂ ਕੋਈ ਨਾਮ ਹੀ ਨਹੀਂ ਹੈਗਾ ਤੇ ਬਾਕੀ ਪ੍ਰੀ ਵੈਡਿੰਗ ਦੇ ਅੰਦਰ ਦੱਸ ਦੇ ਬਣਾਇਆ ਪ੍ਰੀ ਵੈਡਿੰਗ ਕਰਾਉਣੀ ਮੈਨੂੰ ਪਸੰਦ ਨਹੀਂ ਹੈਗੀ ਪਸੰਦ ਨਹੀਂ ਅਮਰਿੰਦਰ ਨੇ ਤੇ ਪ੍ਰੀ ਵੈਡਿੰਗ ਅਮਰਿੰਦਰ ਨੇ ਨਹੀਂ ਕਰਾਉਣੀ ਇੱਕ ਨਸ਼ੇ ਆਇਆ ਸੀ ਤੁਹਾਡੀ ਵਾਲੀ ਸਾਈਡ ਪ੍ਰੀ ਵੈਡਿੰਗ ਹੋਊਗੀ ਕੋਈ ਸਾਈਡ ਤੋਂ ਪਤਾ ਕੋਈ ਮਰ ਗਈ ਹੋਵੇ ਕਰਾਉਣੀ ਆਏ ਨਹੀਂ ਉਹ ਸਪੈਸ਼ਲ ਕੁੜੀਆਂ ਦਾ ਸੌਂਗ ਨਹੀਂ ਬੰਦਾ ਹੁੰਦਾ ਘਰਦਿਆਂ ਨਾਲ ਉਹ ਪੁੱਛਿਆ ਉਹਨਾਂ ਨੇ ਅੱਛਾ ਮੈਂ ਕਿ ਤੋ ਮੈਂ ਫਿਰ ਪ੍ਰੀ ਵੈਡਿੰਗ ਉਹਨੂੰ ਸਮਝ ਗਈ ਹਾਂ ਫਿਰ ਉਹ ਜਿਵੇਂ ਗੱਗੂ ਨੇ ਬਣਵਾਇਆ ਸੀ ਆਪਦਾ ਨਾ ਉਹ ਬਣਵਾਉਣਾ ਨਹੀਂ ਉਹ ਸਰਪ੍ਰਾਈਜ਼ ਥੋੜ੍ਹਾ ਜਿਹਾ ਸੀ ਮਤਲਬ ਆਪਣੇ ਵੀਡੀਓ ਵਾਲੇ ਵੀਰੇ ਨੂੰ ਦੱਸਣਾ ਹਜੇ ਤਾਂ ਵੀ ਜਿਹੜਾ ਅਸੀਂ ਸੌਂਗ ਸ਼ੂਟ ਕਰਵਾਉਣਾ ਵੀ ਅਸੀਂ ਐਂ ਨਹੀਂ ਵੀ ਰੋਲ ਪਲੇ ਕਰਨਾ ਕਿਸੇ ਵੀ ਚੀਜ਼ ਦਾ ਉਹ ਜਿਵੇਂ ਆਪਣੇ ਨਾਰਮਲ ਵੀਡੀਓ ਬਣੀ ਜਾਂਦੀ ਉਹਦੇ 'ਚ ਕਲਿੱਪ ਰੈਂਡਮ ਹਾਂ ਰੈਂਡਮ ਆ ਨਹੀਂ ਤੇ ਉਹਦੇ 'ਚ ਹੀ ਆਪਾਂ ਸੌਂਗ ਆ ਜਿਹੜਾ ਉਹ ਬਣਵਾਉਣਾ ਉਹ ਮੈਨੂੰ ਓਵਰ ਐਕਟਿੰਗ ਜੀ ਲੱਗਦੀ ਉਹ ਫਿਰ ਸਾਨੂੰ ਥੋੜ੍ਹਾ ਓਵਰ ਜੀ ਲੱਗਦਾ ਵੀ ਜ਼ਰੂਰ ਸੋਚਿਆ ਹੈਗਾ ਅਸੀਂ ਉਹ ਸੌਂਗ 'ਤੇ ਮਤਲਬ ਵੀ ਸ਼ੂਟ ਕਰਾਉਣ ਦਾ ਵੀ ਕਹਿੰਦੇ ਭਾਵ ਜਿਹੜੀਆਂ ਕਲਿੱਪਸ ਹੋਣਗੀਆਂ ਕਿ ਉਹ ਐਡ ਕਰਕੇ ਉਹ ਆਪਣਾ ਸੌਂਗ ਆ ਰੈਡੀ ਕਰ ਦੇਣਗੇ ਅਤੇ ਬਾਕੀ ਮੈਂ ਇੰਸਟਾਗ੍ਰਾਮ 'ਤੇ ਉਹ ਫਿਰ ਜਦੋਂ ਆਪਣੇ ਕੋਲ ਆ ਗਿਆ ਸੌਂਗ 'ਤੇ ਆਪਾਂ ਮਾਰਾਂਗੇ ਵੀਡੀਓ ਦੇ ਰਿਲੇਟਿਡ ਤਾਂ ਫੈਨ ਜ਼ਿਆਦਾ ਗੋਏ 'ਚ ਕੌਣ ਜਾਵੇ ਮੇਰੇ ਬਿਨਾ ਹੁਣ ਤੇਰੇ ਡੈਡੀ ਨਾਲ ਗਾਂ ਖੜੀ ਹੈ ਮੈਂ ਕਿਹਾ ਵੀ ਮੇਰੀ ਗੱਲ ਸੁਣ ਲੈ ਗਾਂ ਤਾਂ ਖੜੀ ਹੈ ਹੁਣ ਕਿਹੜੇ ਵੇਲੇ ਦੀ ਸਾਰਿਆਂ ਦੇ ਮਗਰ ਮੈਂ ਰਹੀ ਹੁਣ ਬਈ ਆਪਾਂ ਨਾ ਆਏ ਮੁੜ ਕੇ ਆਪਣਾ ਨਗੜੇ ਤੇਰੇ ਬਾਣ ਜੀ ਗੱਲ ਦੱਸ ਜੀ ਗੱਲ ਨਹੀਂ ਨਹੀਂ ਉਰਨ ਗਾਂ ਚੋਗਲੀ ਨਹੀਂ ਖੜਦੀ ਨਹੀਂ ਉਹ ਜਾਂਦੀ ਛਾਲ ਮਾਰ ਕੇ ਕਿਉਂ ਕੀ ਚੱਕਰ ਪੈ ਗਿਆ ਪਤਾ ਨਹੀਂ ਦੋ ਤਿੰਨ ਦਿਨ ਕੋ ਉਦੋਂ ਦਾ ਹਨੇਰਾ ਹੋ ਗਿਆ ਹੁਣ ਹੌਲੀ ਹੌਲੀ ਸਿੱਟ ਹੋਣ ਨਹੀਂ ਆਈ ਉਹ ਦਿਨ ਜਦੋਂ ਸ਼ਾਪਿੰਗ ਮੈਂ ਕਹੀ ਜਾਂਦੀ ਸੀ ਵੀ ਉੱਠ ਚੱਲੋ ਉੱਠ ਚੱਲੋ ਚੱਲ ਕੁਝ ਨਹੀਂ ਹੁੰਦਾ ਕਰ ਦੇਵਾਂਗੇ ਇਸ ਤੋਂ ਕਹਿੰਦੇ ਦੀ ਤੁਸੀਂ ਜਾਗ ਤੇ ਕੀ ਵੇਅਰ ਕਰਨਾ ਬਈ ਆਪਾਂ ਜਾਗ ਤੇ ਸੂਟ ਵੇਅਰ ਕਰਨਾ ਤੇ ਮੈਨੂੰ ਆ ਲੱਗਦਾ ਵੀ ਜੇ ਘਗਰਾ ਪਾਉਣੇ ਹਨਾ ਵੀ ਫਿਰ ਕੰਫਰਟੇਬਲ ਜਾਓਗੇ ਗਿੱਧੇ ਜਿੰਦੇ ਚਾਹੀਦਾ ਨਲੇ ਸੈਕਿੰਡ ਡੇ ਵੀ ਉਹ ਹੀ ਫਿਰ ਉਹਨੇ ਜੀ ਬਹੁਤ ਲੁੱਕ ਹੋਣੀ ਚਾਹੀਦੀ ਜਾਗੋ ਤੇ ਮੇਨ ਸਲਵਾਰ ਸੂਟ ਹੀ ਵਧੀਆ ਲੱਗਦਾ ਹੁੰਦਾ ਆਹ ਦੇਖ ਲੋ ਹੱਥ ਵਾਰ ਕੇ ਨਹੀਂ ਤੂੰ ਵੀ ਦੱਸ ਦੇ ਬੱਤੇ ਦੀਦੀਆਂ ਨੂੰ ਤੂੰ ਵੀ ਦੱਸ ਦੇ ਮੈਂ ਕੀ ਪਾਉਂਗਾ ਬੇਟਾ ਦੀਦੀ ਵੀਰੇ ਸੈਕਿੰਡ ਡੇ ਤਾਜੂ ਕੀ ਪਾਉਗਾ ਲੈ ਤਾਜੂ ਨਿੱਕੀ ਜਿਹੀ ਕਮੀਜ਼ ਲੈ ਕੇ ਦਵਾਂਗੇ ਹਾਂ ਜੀ ਅਮੀ ਇੱਕ ਮਿੰਟ ਮੈਨੂੰ ਕੁਐਸਚਨ ਦੱਸ ਅਮਰਿੰਦਰ ਦੀ ਨੇ ਚੂੜਾ ਲੈ ਲਿਆ ਉਹਦਾ ਵਲੌਗ ਜ਼ਰੂਰ ਦਿਓ ਅਮਰਿੰਦਰ ਦੀ ਨੇ ਅਜੇ ਚੂੜਾ ਕੁਛ ਨਹੀਂ ਲਿਆ ਨਾ ਚੂੜਾ ਨਾ ਕਲੀਰੇ ਨਾ ਜੁਐਲਰੀ ਦਾ ਅਜੇ ਕੁਛ ਫਾਈਨਲ ਕੀਤਾ ਬਸ ਹੁਣ ਆਉਣ ਵਾਲੇ ਦਿਨਾਂ 'ਚ ਆਪਣੇ ਵਾਸਤੇ ਸਫਾਈਆਂ ਵਗੈਰਾ ਹੋ ਜਾਣ ਹਨਾ ਹਾਂ ਮੈਂ ਲਹਿੰਗੇ ਵਾਲੀ ਜਾਂ ਸੂਟ ਵਾਲੀ ਕੋਈ ਜੁਐਲਰੀ ਵੀ ਨਹੀਂ ਫਾਈਨਲ ਕੀਤੀ ਅਜੇ ਕੁਛ ਨਹੀਂ ਫਾਈਨਲ ਕੀਤਾ ਸੂਟ ਲੈ ਲਿਆ ਆਲਰੇਡੀ ਲਹਿੰਗਾ ਵੀ ਆਪਣਾ ਬਣ ਗਿਆ ਬਸ ਉਹਦੀ ਜੁਐਲਰੀ ਜਿਹੜੀ ਉਹ ਫਾਈਨਲ ਕਰਾਂਗੇ ਬਸ ਆਪਣੀਆਂ ਸਫਾਈਆਂ ਦੀ ਦੇਰ ਜਿੱਦਣ ਆਪਣੀਆਂ ਸਫਾਈਆਂ ਮੁਕੰਮਲ ਹੋਣਗੀਆਂ ਉਦੋਂ ਬਾਅਦ ਅਮਰਿੰਦਰ ਦਾ ਕੰਮ ਜਿਹੜਾ ਸ਼ੁਰੂ ਕਰ ਦਾਂਗੇ ਆਪਾਂ ਤੁਹਾਡੇ ਭਾਬੀ ਜੀ ਬਹੁਤ ਨਾਈਸ ਲੱਗਦੇ ਆ ਆਲ ਫੈਮਿਲੀ ਬਹੁਤ ਨਾਈਸ ਆ ਥੈਂਕ ਯੂ ਸੋ ਮੱਚ ਤੇਰਾ ਗਮਿੰਦਰ ਦੀ ਤੁਹਾਡੇ ਰੀਅਲ ਸਿਸਟਰ ਆ ਹਾਂਜੀ ਰੀਅਲ ਨਹੀਂ ਇੱਕ ਮਿੰਟ ਬਣ ਕੇ ਮੈਨੂੰ ਹੱਸੀ ਆਈਦੀ ਆ ਦੇਖੀ ਭੈਣੇ ਸਕਿਨ ਤੇ ਓਪਨ ਫੋਰਸ ਹੋ ਗਏ ਬਹੁਤ ਦਾਗ ਜਿਹਾ ਦੱਸ ਦੋ ਕੁਛ ਇਹ ਤਾਂ ਆਪਣੀ ਲਾਉਂਦੀ ਗੱਲੀ ਸਾਬਣ ਮੂੰਹ ਧੋਂਦੀ ਆ
ਬਈ ਮੈਨੂੰ ਤੁਸੀਂ ਕਿਤੇ ਡਾਇਟ ਨਹੀਂ ਤਾਂ ਬਈ ਮੈਨੂੰ ਕਿਸੇ ਚੀਜ਼ ਬਾਰੇ ਮੰਮੀ ਨੂੰ ਨੋਲੇਜ ਹੀ ਹੈ ਨਹੀਂ ਇਹ ਚੀਜ਼ ਬਾਰੇ ਬਈ ਅਸੀਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਜਿੱਥੋਂ ਆਪਾਂ ਰੈਡੀ ਹੋਣੇ ਹੁੰਦੇ ਹਾਂ ਸੋਣੀਏ ਮੈਂ ਜੇ ਸਾਡੀ ਸਕਿੰਨ 'ਤੇ ਕੁਛ ਹੋਵੇ ਵੀ ਜਿਵੇਂ ਅਮਰਿੰਦਰ ਨੇ ਕੁਛ ਪੁੱਛਣਾ ਜਾਂ ਮੈਂ ਕੁਛ ਪੁੱਛਣਾ ਵੈਸੇ ਮੈਂ ਤਾਂ ਬਹੁਤ ਘੱਟ ਲੱਗ ਰਿਹਾ ਜੀ ਹਾਂ ਅਮਰਿੰਦਰ ਤਾਂ ਮਾੜੀ ਮੋਟੀ ਕੇਅਰ ਕਰ ਲੈਂਦੀ ਮੈਂ ਤੋਂ ਵੀ ਨਹੀਂ ਹੁੰਦੀ ਅਤੇ ਅਸੀਂ ਪੁੱਛਣਾ ਤਾਂ ਉਹਨਾਂ ਨੂੰ ਪੁੱਛ ਲੈਂਦੇ ਬਈ ਸਾਨੂੰ ਮੈਨੂੰ ਤਾਂ ਕੋਈ ਨੌਲੇਜ ਵੀ ਨਹੀਂ ਡੱਕਾ ਵੀ ਕਿਸੇ ਚੀਜ਼ ਬਾਰੇ ਨਾ ਮੈਨੂੰ ਮੇਕਅਪ ਬਾਰੇ ਨੌਲੇਜ ਆ ਘਰੇ ਅਸੀਂ ਜਿਵੇਂ ਹੁਣ ਦੇਖੋ ਸਿਰਫ ਲਿਪਸਟਿਕ ਆ ਜਿਹੜੀ ਅਸੀਂ ਲਾਉਣੀ ਆ ਹੈ ਨਾ ਜਿਵੇਂ ਆਪਾਂ ਮਾਰਕੀਟ ਵਗੈਰਾ ਜਾਈਏ ਅਤੇ ਅਦਰਵਾਈਜ਼ ਬਈ ਮੈਂ ਤਾਂ ਹੋਰ ਕੁਛ ਨਹੀਂ ਯੂਜ਼ ਕੀਤਾ ਕਦੇ ਮੈਂ ਤਾਂ ਫਾਊਂਡੇਸ਼ਨ ਨਹੀਂ ਲਾਇਆ ਜੇ ਸਲੋ ਰੈਡੀ ਹੁੰਦੇ ਤਾਂ ਸਲੋਨ ਤੋਂ ਹੀ ਹੋ ਜਾਂਦੇ ਬਸ ਅਦਰਵਾਈਜ਼ ਕੁਛ ਨਹੀਂ ਬਈ ਇਸ ਚੀਜ਼ ਬਾਰੇ ਸੋਰੀ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਅਤੇ ਆਹੀ ਦੋ ਤਿੰਨ ਕੁਸ਼ਚਨ ਸੀਗੇ ਵੀ ਅਮਰਿੰਦਰ ਦੀ ਮੈਰਿਜ ਕਰੂੰਗਾ ਨਵੰਬਰ 'ਚ ਅਮਰਿੰਦਰ ਦੀ ਨੇ ਪ੍ਰੀ ਵੈਡਿੰਗ ਕਰਾਉਣੀ ਆ ਨਹੀਂ ਠੀਕ ਹੈ ਉਸ ਤੋਂ ਬਾਅਦ ਡੇਟ ਰਿਵੀਲ ਕਰੋਗੇ ਨਹੀਂ ਕਰਦੇ ਕਾਰਡ ਆਪਾਂ ਬਾਨੇ ਦੇ ਤੇ ਬਸ ਸਮਝ ਲਓ ਵੀ ਹੁਣ ਤਾਂ ਟਾਈਮ ਨੇੜੇ ਆ ਤਿਆਰੀਆਂ ਆਪਾਂ ਵੈਸੇ ਸ਼ੁਰੂ ਕਰਨੀਆਂ ਜਦੋਂ ਆਪਣੀਆਂ ਸਫਾਈਆਂ ਹੋਊਗੀਆਂ ਅਤੇ ਬਾਕੀ ਤਾਜ਼ਾ ਤਲੀ ਆਊਟਫਿਟਸ ਆਪਾਂ ਕਰਾਂਗੇ ਰਿਵੀਲ ਜਦੋਂ ਤਾਜ਼ਾ ਤਲੀ ਪਾਉਣਾ ਅਤੇ ਤਾਜ਼ਾ ਤਲੀ ਵੈਸੇ ਟਾਈਮ ਸੋਚਿਆ ਨਾ ਅਸੀਂ ਨਾ ਕੁਛ ਸਟਿਚ ਵਗੈਰਾ ਨਹੀਂ ਕਰਾਉਣਾ ਕਿ ਆਪਾਂ ਬੜੇ ਬਣਾਈ ਲਿਆਵਾਂਗੇ ਕਿਉਂਕਿ ਅਜੇ ਤਾਜ਼ਾ ਤਲੀ ਛੋਟੀ ਆ ਬਾਕੀ ਠੰਡ ਹੋਊਗੀ ਪਹਿਲੀ ਠੰਡ ਹੋਊਗੀ ਇਹਦੀ ਪਹਿਲੀ ਠੰਡ ਹੋਊਗੀ ਤਾਂ ਕਰਕੇ ਆਪਾਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਇਹਨੂੰ ਲੈ ਕੇ ਹਨਾ ਬਾਕੀ ਕੋਈ ਗੱਲ ਨੀ ਅੱਗੇ ਜਦੋਂ ਕੋਈ ਫੰਕਸ਼ਨ ਆਉਂਦਾ ਹਨਾ ਆਪਾਂ ਸੂਟ ਵੀ ਸਟਿਚ ਕਰਾਇਆ ਕਰਾਂਗੇ ਫਰੋਕ ਵੀ ਸਟਿਚ ਕਰਾਇਆ ਕਰਾਂਗੇ ਇਹਦੀ ਬਟ ਜਿਹੜਾ ਹੁਣ ਟਾਈਮ ਆ ਹੁਣ ਆਪਾਂ ਕਹਿੰਦੇ ਹਾਂ ਵੀ ਸਰਦੀ ਦੇ ਵਿੱਚ ਇਹਨੂੰ ਜਿੰਨਾ ਲੁਕੋ ਕੇ ਰੱਖਾਂਗੇ ਓਨਾ ਹੀ ਵਧੀਆ ਕੱਪੜੇ ਲਵਾਂਗੇ ਤੇ ਸੋਹਣੇ ਬਟ ਥੋੜੇ ਮੋਟੇ ਲਵਾਂਗੇ ਟੋਪੀਆਂ ਗਲਵਸ ਤੇ ਪੈਰ ਪਾਉਣ ਵਾਲੇ ਬੂਟ ਜਰਾਬਾਂ ਉਹ ਲਵਾਂਗੇ ਤੈਨੂੰ ਸੱਦਿਆ ਕਿਵੇਂ ਇੱਥੇ ਕਿਵੇਂ ਆਪੀ ਆਇਆ ਇਹ ਬਿਨਾਂ ਸੱਦਿਆ ਮੇਲ ਹੁੰਦਾ ਹੈ ਆ ਬਿਨਾਂ ਸੱਦਿਆ ਮੇਲ ਆ ਤਾਂ ਫੋਟੋ ਮਾਨੀ ਜਾ ਕੀ ਨਹੀਂ ਕਿ ਨਹੀਂ ਕਰਦਾ ਜੇ ਫੋਟੋ ਸਰਾਣੀ ਅੱਜ ਸਿਰ ਆ ਰੂਮ ਦੀ ਜਿਹੜੀ ਸੈਟਿੰਗ ਚੇਂਜ ਕਰਤੀ ਮਾਰਨਿੰਗ ਦਿਖਾਉਂਗੀ ਅਸੀਂ ਆਂਦੀ ਕਾਜੂ ਓਏ ਓਏ ਕਾਜੂ ਸਟੇਜ ਤੇ ਚੜ ਗਈ ਮੂੰਹ ਤੋਂ ਹੱਥ ਕੱਢ ਸਾਲਾ ਕੁਤਰਾ ਨਾ ਪੁੱਤਰੂ ਨਾ ਬਦਰੂ ਕੁਚਰੂ 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 ਮਹਿੰਦੀ ਮੁੰਦੀ ਸਾਡੇ ਤਾਂ ਲੈ ਗਈ ਸਫਾਂਗਾ ਜੀ ਹੈਲੀਕਾਪਟਰ ਪੀਤੇ ਉਹ ਹੈਲੀਕਾਪਟਰ ਬਣ ਗਿਆ ਓਏ ਦੇਖਾ ਮੇਰੀ ਆ ਥੋੜਾ ਕੰਮ ਕਰਨ ਵਾਲੇ ਆ ਜ਼ਿਆਦਾ ਕੰਮ ਕਰਨ ਵਾਲੇ ਉਹ ਬਿਲਕੁਲ ਹੀ ਨਹੀਂ ਕਰਨ ਵਾਲੇ ਵਿਹਲੇ ਉਹ ਵਿਹਲੇ ਹੱਥ ਵਿਹਲੇ ਹੱਥ ਫਿਰ ਵੀ ਕੋਈ ਜ਼ਿਆਦਾ ਤਾਂ ਨਹੀਂ ਲਈ ਉਂਗਲਾਂ ਤੇ ਇਹਦੀ ਵੀ ਲੈ ਗਈ ਹਾਂ ਤਾਂ ਜੂ ਨਾ ਯਾਰ ਪੰਗੇ ਲੈਣਾ ਮੇਰੀ ਭੈਣ ਨਾਲ ਲੈ ਪੰਗੇ ਪੰਗੇ ਤਾਂ ਇੰਨੇ ਲੈਂਦੀ ਹੈ ਨਾ ਤਾਜੂ ਤੂੰ ਵਲੌਗ ਦੀ ਸਟਾਰਟਿੰਗ ਵੀ ਕੀਤੀ ਸੀ ਵਲੌਗ ਦਾ ਐਂਡ ਵੀ ਕਰਦੇ ਪੁੱਤੂ ਤੰਗ ਕਰਤਾ ਤੰਗ ਕਾਹਦੋਂ ਕਰਤਾ ਅਗਲੀ ਨੂੰ ਇੱਧਰ ਮੂੰਹ ਕਰਕੇ ਬਹਿ ਜਾ ਲੈ ਤੇ ਹੁਣ ਦੇਖਣਾ ਨੀ ਕਿਸੇ ਨੂੰ ਕੁਛ ਇੱਧਰ ਮੂੰਹ ਕਰਕੇ ਬਹਿ ਜਾ ਬੱਪੂ ਹੱਥ ਵੀ ਫੀਲ ਪੰਗੇ ਲੈਣੇ ਅਸੀਂ ਇੱਧਰ ਬੱਬੂ ਨੂੰ ਫਿਓਗੀ ਅਜੇ ਆਹ ਆਹ ਆਹ
के मुंह च कैमरा वाड़ो सस्त्रीकाल अरे वो पर्दे ला दे इधर सारे खाली खाली लगी हूं हां जी आज दे व्लॉग दा इथे कर दे एंड ताजू दे नाल सस्त्रीकाल कल दे नाल ओके बाय गुड नाइट ताजू।